ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਕਣਕ ਦੀ ਬਜਾਈ ਜੋਰਾਂ ਤੇ ਚੱਲ ਰਹੀ ਹੈ ਕਿਸਾਨ ਵੀਰੋ ਤੇ ਕਣਕ ਦੇ ਵਿੱਚ ਨਦੀਨਾਂ ਦੀ ਸਮੱਸਿਆ ਖਾਸ ਤੌਰ ਤੇ ਗੁੱਲੀ ਡੰਡੇ ਦੀ ਜਿਹੜੀ ਸਮੱਸਿਆ ਹਰ ਸਾਲ ਕਾਫੀ ਕਿਸਾਨ ਵੀਰਾਂ ਨੂੰ ਪਰੇਸ਼ਾਨ ਕਰਦੀ ਹੈ ਤੇ ਕਣਕ ਨਸਾਰਾ ਨਸਾਰਾ ਹੋਣ ਤੱਕ ਵੀ ਮੈਨੂੰ ਫੋਨ ਆਉਂਦੇ ਰਹਿੰਦੇ ਆ ਕਿ ਇਹਦੇ ਜਿਹੜੀ ਹੈਗੀ ਆਪਾਂ ਸਪਰੇ ਹੁਣ ਕਰ ਸਕਦੇ ਆ ਜਾਂ ਨਹੀਂ ਸੋ ਹੁਣ ਬਜਾਈ ਦੇ ਦੌਰਾਨ ਕਿਸਾਨ ਵੀਰੋ ਜੇ ਤੁਸੀਂ ਗੁੱਲੀ ਡੰਡਾ ਕਾਬੂ ਕਰ ਲਓ ਦੂਸਰੇ ਨਦੀਨ ਵੀ ਕਾਫੀ ਹੱਦ ਤੱਕ ਨਾਲ ਕਾਬੂ ਹੋ ਜਾਂਦੇ ਆ ਤੇ ਆਪਣੇ ਕਣਕ ਦੇ ਝਾੜ ਤੇ ਵੀ ਅਸਰ ਪਾਉ ਝਾੜ ਵੀ ਵਧੀਆ ਰਹੂਗਾ ਕਿਉਂਕਿ ਜੇ ਨਦੀਨ ਆਪਾਂ ਸ਼ੁਰੂ ਦੇ ਵਿੱਚ ਕਾਬੂ ਨਹੀਂ ਕਰਦੇ ਕਣਕ ਦੇ ਵਿੱਚ ਉੱਗ ਪੈਂਦੇ ਆ ਫਿਰ ਨਦੀਨ ਵੱਡੇ ਹੁੰਦੇ ਰਹਿੰਦੇ ਆ ਜੇ ਆਪਾਂ ਕਈ ਵਾਰ ਕਿਸਾਨ ਵੀਰ ਸਪਰੇ ਵੀ ਲੇਟ ਕਰ ਲੈਂਦੇ ਆ 45 50 ਦਿਨ ਤੇ ਜਾ ਕੇ ਸਪਰੇ ਕਰਦੇ ਆ ਉਦੋਂ ਤੱਕ ਦੇਖੋ ਵੀ ਕਿੰਨਾ ਜਿਹੜੇ ਤੱਤ ਆ ਜ਼ਮੀਨ ਦੇ ਵਿੱਚੋਂ ਉਹ ਨਦੀਨ ਲੈ ਲੈਂਦੇ ਆ ਬੂਟੇ ਦੇ ਨਾਲ ਕੰਪੀਟੀਸ਼ਨ ਕਰਦੇ ਆ ਤੇ ਝਾੜ ਤੇ ਦਾ ਫਿਰ ਪ੍ਰਭਾਵ ਪੈਣਾ ਹੀ ਪੈਣਾ ਤੇ ਫਿਰ ਆਪਾਂ ਸਪਰੇਆ ਵੀ ਉਤੋਂ 2 2 3 3 ਕਈ ਵਾਰ ਮਿਕਸ ਕਰਕੇ ਕਰਨੀਆਂ ਪੈਂਦੀਆਂ ਕਈ ਵਾਰ ਸਪਰੇਅ ਰਿਜ਼ਲਟ ਨਹੀਂ ਦਿੰਦੀ ਤੇ ਕਣਕ ਦੇ ਨਸਾਰਾ ਹੋਣ ਤੱਕ ਵੀ ਆਪਾਂ ਨੂੰ ਕਈ ਵਾਰ ਸਪਰੇਆ ਕਰਨੀਆਂ ਪੈਂਦੀਆਂ ਨੇ ਸੋ ਮੈਂ ਡਿਟੇਲ ਚ ਦੱਸੂਗਾ ਕਈ ਕਿਸਾਨ ਵੀਰ ਕਹਿੰਦੇ ਸਾਨੂੰ ਜੀਰੋ ਡ੍ਰਿਲ ਦੇ ਵਿੱਚ ਜਾਂ ਸੁਪਰ ਸੀਡਰ ਚ ਜਾਂ ਰੋਟਾ ਬਿਟ ਜਿਹੜੀ ਬਜਾਈ ਕੀਤੀ ਆ ਜੇ ਚਲੋ ਵਾਹ ਕੇ ਬਜਾਈ ਕੀਤੀ ਉਹਦੇ ਵਿੱਚ ਤਾਂ ਸਪਰੇਅ ਕਰ ਸਕਦੇ ਆ ਤਰੀਕਾ ਕੀ ਉਹਦੇ ਬਾਰੇ ਗੱਲਬਾਤ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਆ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਣਾ ਬਟਨ ਦਬੋ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਡੇ ਤੇ ਪਹੁੰਚਦੀ ਰਹੇ ਜੇ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਪੇਜ ਫੋਲੋ ਕਰ ਸਕਦੇ ਆ ਕਿਸਾਨ ਵੀਰੋ ਸਿੰਪਲ ਤਰੀਕਾ ਹੈ ਪਹਿਲਾਂ ਵੀ ਤੁਹਾਡੇ ਨਾਲ ਮੈਂ ਜਾਣਕਾਰੀ ਸਾਂਝੀ ਕੀਤੀ ਸੀਗੀ ਕਿ ਸਟੌਂਪ ਜਾਂ ਦੋਸਤ ਜਾਂ ਮਾਰਕ ਪੈਂਡੀ ਜਾਂ ਪੈਂਡਾ ਜਾਂ ਬੰਕਰ ਜਾਂ ਯਾਕੀਨਾਮਾ 30% ਈਸੀ ਪੈਂਡੀਮੈਥਲਨ ਆਉਂਦੀ 30% ਈਸੀ ਅੱਡ ਅੱਡ ਬ੍ਰਾਂਡ ਨੇਮ ਤੇ ਆਉਂਦੀ ਆ 1.5 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਸਪਰੇਅ ਕਰਨੀ ਹੈ ਬਜਾਈ ਤੋਂ 2 ਦਿਨ ਦੇ ਅੰਦਰ ਅੰਦਰ ਸਪਰੇਅ ਕਰਨੀ ਹੈ 200 ਲੀਟਰ ਪਾਣੀ ਚ ਕੱਟ ਵਾਲੀ ਨੋਜ਼ਲ ਨਾਲ ਕਈ ਵਾਰ ਕਿਸਾਨ ਵੀਰਾਂ ਨੂੰ ਸਪਰੇਅ ਦੀ ਸਮੱਸਿਆ ਹੁੰਦੀ ਰਕਬਾ ਜ਼ਿਆਦਾ ਹੈ ਤਾਂ ਫਿਰ ਜਿਵੇਂ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਿਹਾ ਟਰੈਕਟਰ ਵਾਲੇ ਪੰਪ ਦੇ ਨਾਲ ਤੁਸੀਂ ਸਪਰੇਅ ਕਰ ਸਕਦੇ ਆ ਸਪਰੇਅ ਕਰਨ ਦਾ ਤਰੀਕਾ ਇਹ ਹੈ ਕਿ ਆਪਾਂ ਪਿੱਛੇ ਨੂੰ ਹਟਮੀ ਸਪਰੇਅ ਕਰਨੀ ਆ ساری ਵੀਡੀਓ ਤੁਸੀਂ ਦੇਖ ਲਓ ਇਹਦੇ ਵਿੱਚ ਮੈਂ ਕਲਿੱਪਾਂ ਕਾਫੀ ਪਾਈਆਂ ਨੇ ਇਹ ਬੜਾ ਸਾਡਾ ਆਗਾਹ ਵਦੂ ਮੇਰਾ ਮਿੱਤਰ ਨੌਜਵਾਨ ਕਿਸਾਨ ਆ ਇਹ ਮਨਪ੍ਰੀਤ ਸਿੰਘ ਤੇ ਕੱਲੀ ਸਟੰਪ ਦੇ ਨਾਲ ਜਿੱਥੇ ਤਾਂ ਬਹੁਤ ਜ਼ਿਆਦਾ ਨਦੀਨ ਹੁੰਦੇ ਆ ਤੇ ਤੁਸੀਂ ਪਹਿਲੀ ਵਾਰ ਸਪਰੇਅ ਕਰ ਰਹੇ ਆ ਉੱਥੇ ਤੁਸੀਂ ਡੇਢ ਤੀ ਥਾਂ ਤੇ ਪੌਣੇ ਦੋ 2 ਲੀਟਰ ਤੱਕ ਵਰਤ ਸਕਦੇ ਆ ਤਾਂ ਕਿ ਜਿਹੜੀ ਪੂਰੀ ਕਵਰੇਜ ਹੋ ਜAVE ਤੇ ਥੋੜੀ ਜੀ ਡੋਜ਼ੇ ਵੱਧ ਪਾ ਲਓ ਤਾਂ ਪਰ ਨਾ ਡੇਢ ਲੀਟਰ ਦੀ ਸਿਫਾਰਿਸ਼ ਆ ਪੀਏਯੂ ਲੁਧਿਆਣਾ ਵੱਲੋਂ ਤੁਹਾਡੇ ਜੇ ਪਹਿਲੀ ਵਾਰ ਵੀ ਤੁਸੀਂ ਕਰ ਰਹੇ ਆ ਤਾਂ 80% ਤੁਹਾਡੇ ਕਾਬੂ ਹੋ ਜਾਣਗੇ 80 ਤੋਂ 90% ਤੱਕ ਤੇ ਹੋ ਸਕਦਾ 100% ਹੀ ਕਾਬੂ ਹੋ ਜਾਣ ਕਿਉਂਕਿ ਕਈ ਵਾਰ ਜਿਹੜਾ ਬੀਜ ਸੀਡ ਬੈਂਕ ਬਹੁਤ ਜ਼ਿਆਦਾ ਤਿਆਰ ਹੋਇਆ ਹੋਇਆ ਹੁੰਦਾ ਇਹ ਜੇ ਤੁਸੀਂ ਜਿਹੜੇ ਕਿਸਾਨ ਵੀ ਵਰਤਦੇ ਆ ਜੇ ਤੁਸੀਂ ਦੂਜੇ ਸਾਲ ਤੀਜੇ ਸਾਲ ਤਾਂ ਫਿਰ ਤੁਸੀਂ 1 ਲੀਟਰ ਡੋਜ਼ ਤੱਕ ਵੀ ਆ ਸਕਦੇ ਸਟ੍ਰੰਪ 30% ਈਸੀ ਇਸ ਤੋਂ ਇਲਾਵਾ ਜਿਹੜੀਆਂ ਸਿਫਾਰਸ਼ਾਂ ਨੇ ਪੀਏ ਜੀ ਲੁਧਿਆਣਾ ਵੱਲੋਂ ਅਵਕੀਰਾ 85 ਡਬਲਯੂ ਜੀ ਉਹ ਪਾਇਰੋਕਸਾਸਰਫੋਨ ਅਵਕੀਰਾ ਜਾਂ ਮਾਮੂ ਜੀ ਨਾਂ ਤੇ ਆਉਂਦੀ ਹੈ 85 ਡਬਲਯੂ ਜੀ ਤਾਕਤ ਦੀ ਪਾਇਰੋਕਸਾਸਲਫੋਨ ਟੈਕਨੀਕਲ 60 ਗ੍ਰਾਮ ਉਹ ਕਰ ਸਕਦੇ ਆ ਜਾਂ ਫਿਰ ਜੇ ਚੌੜੇ ਪੱਤੇ ਵਾਲੇ ਨਦੀਨ ਵੀ ਨਾਲ ਕਾਬੂ ਕਰਨੇ ਕਿਉਂਕਿ ਸਟ੍ਰੰਪ ਇਹ ਸਾਰੇ ਨਦੀਨ ਇੱਕ ਵਾਰ ਕਾਬੂ ਕਰ ਦਿੰਦੀ ਆ ਕਈ ਵਾਰ ਚੌੜੇ ਪੱਤੇ ਵਾਲੇ ਨਦੀਨ ਆਪਣੇ ਜਾਦੇ ਹੁੰਦੇ ਤਾਂ ਫਿਰ ਤੁਸੀਂ ਪਲੇਟਫਾਰਮ 385 ਐਸ ਸੀ ਜਿਹਦੇ ਵਿੱਚ ਪੈਂਡੀਮੈਥਲਿਨ ਤੇ ਮੈਟਰੀ ਬਿਊਜਨ ਉਹ ਸਪਰੇਅ ਕਰ ਸਕਦੇ ਹੋ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਜੇ ਸਟੰਪ ਕਰਨੀ 30% ਹੀ ਸੀ ਜਾਂ 1.5 ਲੀਟਰ ਅਵਕੀਰਾ ਜੇ ਕਰਨੀ ਪਰ ਬਾਇਰੋਕਸਾ ਸਲਫੋਨ ਤਾਂ 60 ਗ੍ਰਾਮ ਜੇ ਪਲੇਟਫਾਰਮ ਕਰਨੀ ਤਾਂ 1 ਲੀਟਰ 200 ਲੀਟਰ ਪਾਣੀ 'ਚ ਪ੍ਰਤੀ ਏਕੜ ਆ ਪਿੱਛੇ ਨੂੰ ਹਟਦੇ ਜਿਹੜੇ ਸਪਰੇਅ ਕਰਦੇ ਯਾਨਕਿ ਆਪਣੀਆਂ ਪੈੜਾਂ ਦੇ ਨਿਸ਼ਾਨ ਜਾਂ ਪੈੜਾਂ ਦੇ ਥਾਂ ਤੇ ਵੀ ਜਿਹੜੀ ਦਵਾਈ ਮੁੜ ਕੇ ਕੀ ਜਿਹੜੀ ਨਦੀਨਨਾਸ਼ਕਾ ਡਿਸਟਰਬ ਨਾ ਹੋਵੇ ਤੁਸੀਂ ਚਾਹੇ ਸੁਪਰ ਸੀਡਰ ਨਾਲ ਕਣਕ ਬੀਜੀ ਹੈ ਇਹ ਸੁਪਰ ਸੀਡਰ ਵਾਲੇ ਜਿਹੜੀ ਕਣਕ ਦੇ ਵਿੱਚ ਜਿਹੜੀ ਸੁਪਰ ਸੀਡਰ ਨਾਲ ਬਜਾਈ ਕਰਕੇ ਉਹ ਸਪਰੇਅ ਕੀਤੀ ਜਾ ਰਹੀ ਹੈ ਜਾਂ ਤੁਸੀਂ ਵਾਹਣ ਬਣਾ ਕੇ ਕੀਤੀ ਹੈ ਬੀਜੀ ਹੈ ਜਾਂ ਤੁਸੀਂ ਹੈਪੀ ਸੀਡਰ ਨਾਲ ਤਾਂ ਜ਼ਰੂਰਤ ਹੀ ਨਹੀਂ ਪੈਂਦੀ ਆਪਾਂ ਨੂੰ ਕਿਉਂਕਿ ਉੱਤੇ ਮਲਚਿੰਗ ਬੜੀ ਵਧੀਆ ਹੋ ਜਾਂਦੀ ਹੈ ਉਹ ਚ ਤਾਂ ਨਦੀਨਾਂ ਵਾਲਾ ਜਿਹੜਾ ਹੈਗਾ ਕੰਮ ਹੀ ਨਿਭੜ ਜਾਂਦਾ ਹੈ ਸਪਰੇਅ ਦੀ ਜ਼ਰੂਰਤ ਹੀ ਨਹੀਂ ਉੱਤੇ ਮਲਚਿੰਗ ਹੋ ਜਾਂਦੀ ਹੈ ਹੈਪੀ ਸੀਡਰ ਨਾਲ ਜਾਂ ਤੁਸੀਂ ਜਿਹੜੀ ਜ਼ੀਰੋ ਡ੍ਰੈਲ ਨਾਲ ਕੀਤੀ ਉਹ ਚ ਵੀ ਕਰ ਸਕਦੇ ਆ ਜੇ ਤੁਸੀਂ ਰੋਟਾਵੇਟਰ ਨਾਲ ਬਜਾਈ ਕੀਤੀ ਆ ਉਹਦੇ ਵਿੱਚ ਵੀ ਕਰ ਸਕਦੇ ਆ બસ ਤਰੀਕਾ ਇਹ ਰੱਖਣਾ ਕਿ ਪਾਣੀ ਪੂਰਾ ਲਾਉਣਾ ਡੋਜ਼ ਸਹੀ ਵਰਤਣੀ ਤੇ ਪਿੱਛੇ ਨੂੰ ਹਟਦੇ ਹੋਏ ਜਿਹੜੀ ਹੈਗੀ ਸਪਰੇਅ ਕਰਨੀ ਆ ਤੁਹਾਨੂੰ ਪੂਰਾ ਵਧੀਆ ਰਿਜ਼ਲਟ ਮਿਲੂਗਾ ਵਾਰ-ਵਾਰ ਸਪਰੇਆਂ ਦੀ ਜ਼ਰੂਰਤ ਨਹੀਂ ਪਊਗੀ ਤੇ ਇਹ ਆਪਣਾ ਕੰਮ ਐ ਕਿਉਂਕਿ ਨਦੀਨਾ ਦੀਆਂ ਸਪਰੇਆਂ ਵਾਲਾ ਕੰਮ ਹੀ ਆਪਣਾ ਕਣਕ ਦੀ ਬਿਜਾਈ ਤੋਂ ਬਾਅਦ ਜ਼ਿਆਦਾ ਵੱਧ ਜਾਂਦਾ ਜੇ ਆਪਾਂ ਨਦੀਨ ਸਮੇਂ ਤੇ ਕਾਬੂ ਕਰ ਲਈਏ ਇੱਕ ਤਾਂ ਜਿਹੜੇ ਤਾਤ ਆ ਸਾਰੇ ਉਹ ਬੂਟੇ ਲੈਣਗੇ ਫਸਲ ਵਾਲੇ ਦੂਸਰੇ ਨੰਬਰ ਤੇ ਜਿਹੜੀਆਂ ਆਪਾਂ ਨਦੀਨਾਂ ਦੀਆਂ ਸਪਰੇਆਂ ਤੇ ਟੱਕਰਾ ਮਾਰਨੀਆਂ ਉਹ ਆਪਾਂ ਉਹਦੀ ਥਾਂ ਤੇ ਤਤਾਲੀਆਂ ਸਪਰੇਆਂ ਮੈਗਨੀਜ਼ ਆ ਜਾਂ ਮੈਗਨੀ ਤੇ ਜ਼ਿੰਕ ਵਾਲੀ ਜਿਹੜੀ ਆਪਾਂ ਸਪਰੇਅ ਫਾਰਮੂਲੇਸ਼ਨ ਦੱਸਦੇ ਹੁਣੇ ਆਪਦੇ ਵੱਲੋਂ ਫਟਾਰੇ ਵਾਸਤੇ ਜਿਹੜੀ ਕਿਉਂਕਿ ਜ਼ਿੰਕ ਤੇ ਮੈਗਨੀ ਦੀ ਵੱਖਰੀ ਵੱਖਰੀ ਸਪਰੇਅ ਦੀ ਸਿਫਾਰਸ਼ ਆ ਵੀ ਇਹ ਲੁਧਿਆਣਾ ਵੱਲੋਂ ਆਪਾਂ ਜਿਹੜੀ ਕਰਾ ਕੇ ਇਕੱਠੀ ਜਿਹੜੀ ਕਰਵਾ ਕੇ ਦੇਖੀ ਸੀ ਬੜੇ ਬੜੇ ਵਧੀਆ ਦੇ ਰਿਜ਼ਲਟ ਮਿਲਦੇ ਆ ਨਾਲ ਆਪਾਂ ਯੂਰੀਆ ਕਲੀ ਦਾ ਪਾਣੀ ਉਹ ਮੈਂ ਡਿਟੇਲ ਦੇ ਵਿੱਚ ਤੁਹਾਨੂੰ ਦੱਸ ਦੂੰਗਾ ਬਾਅਦ ਚੋਂ ਤਾਂ ਕਿਰਪਾ ਕਰਕੇ ਜਿਹੜੇ ਕਿਸਾਨ ਵੀਰ ਬਜਾਈ ਕਰ ਰਹੇ ਆ ਹੁਣ ਕ ਵਧੀਆ ਤੁਹਾਨੂੰ ਨਤੀਜੇ ਮਿਲਣਗੇ ਕੋਈ ਜਿਹੜਾ ਹੈਗਾ ਨੁਕਸਾਨ ਵਾਲੀ ਕੋਈ ਗੱਲ ਨਹੀਂ ਹੈ ਜਾਂ ਤੁਹਾਡੇ ਕਈ ਵਾਰ ਕਿਸਾਨ ਵੀਰਾਂ ਨੂੰ ਸ਼ੱਕ ਹੁੰਦੀ ਕਿ ਇਹ ਕੰਮ ਕਰੂ ਜਾਂ ਨਾ ਕਰੂ ਬਹੁਤ ਵਧੀਆ ਕਿਸਾਨ ਵੀਰੋ ਜਿਹੜਾ ਤੁਹਾਨੂੰ ਇਹਦੇ ਰਿਜ਼ਲਟ ਮਿਲਣਗੇ ਪ੍ਰੀਮਰਜੈਂਸ ਬਜਾਈ ਤੋਂ 2 ਦਿਨ ਦੇ ਅੰਦਰ ਅੰਦਰ ਕੋਸ਼ਿਸ਼ ਕਰੋ ਉਸ ਦਿਨ ਹੀ ਸ਼ਾਮ ਨੂੰ ਸ਼ਾਮ ਨੂੰ ਜੇ ਸਪਰੇਅ ਕਰੋ ਤਾਂ ਬਹੁਤ ਵਧੀਆ ਨਤੀਜੇ ਮਿਲਣਗੇ ਸੋ ਜੇ ਕੋਈ ਤਜਰਬਾ ਹੈਗਾ ਤਾਂ ਉਹ ਜ਼ਰੂਰ ਸਾਂਝਾ ਕਰਦੇ ਜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ ਬਹੁਤ-ਬਹੁਤ ਸ਼ੁਕਰੀਆ ਜੀ ਧੰਨਵਾਦ